ਸਭ ਤੋਂ ਵੱਡੇ ਚੰਦ ਟਾਇਟੈਨਿਕ ਦੀਆਂ ਬਹੁਤ ਹੀ ਨਜ਼ਦੀਕ ਤੋਂ ਫੋਟੋਆਂ ਲਿੱਤੀਆਂ ਵੀ ਉੱਥੇ ਕੁਛ ਐਸੀਆਂ ਚੀਜ਼ਾਂ ਮਿਲੀਆਂ ਜਿਹਦੇ ਕਰਕੇ ਨਾਸਾ ਵਾਲੇ ਸੋਚਣ ਲਈ ਮਜਬੂਰ ਹੋ ਗਏ। ਚੰਦਰਮਾ ਦੇ ਉੱਤੇ ਇੱਕ ਬਹੁਤ ਡੂੰਘਾ ਸਮੁੰਦਰ ਮਿਲਿਆ, ਜਿਸ ਉਸ ਧਰਤੀ ਦੇ ਉੱਤੇ ਬੱਦਲ ਵੀ ਦਿਖੇ ਨੇ, ਦਰਖਤ ਵੀ ਉੱਗੇ ਹੁੰਦੇ ਨੇ। ਬਾਕੀ ਤਾਂ ਸਵਾਗਤ ਆ ਜੀ ਅੱਜ ਦੀ ਸਾਡੀ ਨਵੀਂ ਵੀਡੀਓ ਤੇ। ਅੱਜ ਤੁਹਾਡੇ ਨਾਲ ਆਪਾਂ ਇੱਕ ਬਹੁਤ ਵਧੀਆ ਜਾਣਕਾਰੀ ਸ਼ੇਅਰ ਕਰਾਂਗੇ। ਦੋਸਤੋ, ਤੁਸੀਂ ਵੀ ਇਹ ਜਾਣਕਾਰੀ ਮੈਨੂੰ ਲੱਗਦਾ ਪਹਿਲਾਂ ਕਦੇ ਨਹੀਂ ਸੁਣੀ ਹੋਣੀ, ਪਰ ਹੋਰ ਵੀ ਬਹੁਤ ਸਾਰੀਆਂ ਧਰਤੀਆਂ ਨੇ ਉਹਨਾਂ ਬਾਰੇ ਕੋਈ ਪੁਖਤਾ ਸਬੂਤ ਨਹੀਂ ਹੈਗਾ ਸੀਗਾ, ਜਿਸ ਕਰਕੇ ਸਾਰੇ ਲੋਕ ਸੀ ਜਿਹੜੇ ਮੰਨਣ ਨੂੰ ਤਿਆਰ ਨਹੀਂ ਸੀਗੇ। ਨਾਸਾ ਨੇ 2022 ਦੇ ਵਿੱਚ ਸ਼ਨੀ ਗ੍ਰਹਿ ਦੇ ਸਭ ਤੋਂ ਵੱਡੇ ਚੰਦ ਟਾਇਟੈਨਿਕ ਦੀਆਂ ਬਹੁਤ ਹੀ ਨਜ਼ਦੀਕ ਤੋਂ ਫੋਟੋਆਂ ਲਿੱਤੀਆਂ ਨੇ। ਜਦੋਂ ਉਹ ਫੋਟੋਆਂ ਖਿੱਚੀਆਂ ਗਈਆਂ ਤਾਂ ਦੋਸਤੋ ਨਾਸਾ ਵਾਲੇ ਵੀ ਹੈਰਾਨ ਹੋ ਗਏ ਵੀ ਉੱਥੇ ਕੁਛ ਐਸੀਆਂ ਚੀਜ਼ਾਂ ਮਿਲੀਆਂ ਜਿਹਦੇ ਕਰਕੇ ਨਾਸਾ ਵਾਲੇ ਸੋਚਣ ਲਈ ਮਜਬੂਰ ਹੋ ਗਏ। ਪੂਰੇ ਦੁਨੀਆ ਦੇ ਗ੍ਰਹਿਾਂ ਨੂੰ ਦੇਖਣ ਦੇ ਲਈ ਜੇਮਸ ਵੈੱਬ ਸਪੇਸ ਟੈਲੀਸਕੋਪ ਦਾ ਯੂਜ਼ ਕੀਤਾ ਜਾਂਦਾ, ਉਹਦਾ ਇਸਤੇਮਾਲ ਕੀਤਾ ਜਾਂਦਾ ਜਦੋਂ ਕਦੇ ਦੂਰ ਦੇ ਗ੍ਰਹਿ ਦੇਖਣੇ ਹੁੰਦੇ ਨੇ। ਦੋਸਤੋ, ਪਹਿਲੀ ਵਾਰ ਹੋਇਆ ਕਿ ਸ਼ਨੀ ਗ੍ਰਹਿ ਦਾ ਜਿਹੜਾ ਟਾਇਟੈਨਿਕ ਗ੍ਰਹਿ ਸੀਗਾ, ਟਾਇਟੈਨਿਕ ਮਤਲਬ ਕਿ ਸ਼ਨੀ ਗ੍ਰਹਿ ਦਾ ਇੱਕ ਬਹੁਤ ਵੱਡਾ ਚੰਨ ਹੈ, ਅਤੇ ਉਹਦੀਆਂ ਜਿਹੜੀਆਂ ਪਹਿਲੀ ਵਾਰ ਤਸਵੀਰਾਂ ਨੇ ਉਹ ਬਹੁਤ ਜ਼ਿਆਦਾ ਕਲੀਅਰ ਲਿੱਤੀਆਂ ਗਈਆਂ ਨੇ। ਜਿਹੜੇ ਨਾਸਾ ਦੇ ਵਿਗਿਆਨਿਕ ਨੇ ਉਹ ਵੀ ਹੈਰਾਨ ਨੇ। ਚੰਦਰਮਾ ਦੇ ਉੱਤੇ ਇੱਕ ਬਹੁਤ ਡੂੰਘਾ ਸਮੁੰਦਰ ਮਿਲਿਆ, ਜਿਸ ਦੀ ਡੂੰਘਾਈ ਤਕਰੀਬਨ 1000 ਫੁੱਟ ਦੱਸੀ ਜਾਂਦੀ ਆ, ਅਤੇ ਦੂਸਰਾ ਨੰਬਰ 'ਤੇ ਦੋਸਤੋ ਉਸ ਧਰਤੀ ਦੇ ਉੱਤੇ ਬੱਦਲ ਵੀ ਦਿਖੇ ਨੇ। ਜੇ ਉਸ ਤੋਂ ਬਾਅਦ ਵਿਗਿਆਨਿਕਾਂ ਨੇ ਹੋਰ ਜ਼ਿਆਦਾ ਆਪਣੀ ਰਿਸਰਚ ਆ ਜਿਹੜੀ ਉਹ ਤੇਜ਼ ਕਰ ਦਿੱਤੀ ਗਈ ਹੈ। ਦੋਸਤੋ, ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਨਾਲ ਨਾਲ ਮੈਂ ਤੁਹਾਨੂੰ ਸਕਰੀਨ ਦੇ ਉੱਤੇ ਸ਼ੇਅਰ ਕਰ ਰਿਹਾ ਹਾਂਗਾ। ਇਹ ਜਿਹੜੀਆਂ ਤਸਵੀਰਾਂ ਨੇ ਇਹ ਨਾਸਾ ਦੇ ਵੱਲੋਂ ਲਈਆਂ ਗਈਆਂ ਨੇ, ਤੁਸੀਂ ਦੇਖ ਸਕਦੇ ਹੋ। ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਚੰਨ ਦੇ ਉੱਤੇ ਸਾਫ਼ ਨਜ਼ਰ ਆ ਰਿਹਾ ਵੀ ਜਿਵੇਂ ਉੱਥੇ ਹਰੇ ਵਾਈ ਹੁੰਦੀ ਆ ਜਾਂ ਕੋਈ ਦਰਖਤ ਵੀ ਉੱਗੇ ਹੁੰਦੇ ਨੇ। ਬਾਕੀ ਤਾਂ ਦੇਖੋ ਪਰਮਾਤਮਾ ਜਾਣਦਾ ਵੀ ਉੱਥੇ ਕੀ ਆ ਕੀ ਨਹੀਂ, ਪਰ ਨਾਸਾ ਨੇ ਜਿਹੜੀ ਇਹ ਖੋਜ ਕੀਤੀ ਆ ਇੱਕ ਬਹੁਤ ਵੱਡੀ ਉਪਲਬਧੀ ਆ। ਜੇਕਰ ਦੋਸਤੋ ਉਸ ਗ੍ਰਹਿ ਦੇ ਉੱਤੇ ਪਾਣੀ ਅਤੇ ਰੁੱਖ ਨੇ ਤਾਂ ਹੋ ਸਕਦਾ ਉੱਥੇ ਜੀਵਨ ਵੀ ਹੋਵੇ ਅਤੇ ਲੋਕ ਵੀ ਰਹਿੰਦੇ ਹੋਣ। ਦੋਸਤੋ, ਆਪਣੇ ਕੋਲ ਇਸ ਚੀਜ਼ ਦੇ ਕੋਈ ਪੁਖਤਾ ਸਬੂਤ ਨਹੀਂ ਹੈਗੇ, ਇਸ ਕਰਕੇ ਨਾਸਾ ਹਜੇ ਰਿਸਰਚ ਕਰ ਰਹੀ ਆ। ਜੇਕਰ ਕੋਈ ਹੋਰ ਵੀ ਅਪਡੇਟ ਇਸ ਸੰਬੰਧੀ ਆਈ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ। ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਹੋਰਾਂ ਤੱਕ ਵੀ ਸ਼ੇਅਰ ਕਰੋ। ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ। ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਫਿਰ ਆਪਣੇ ਦੋਸਤ ਕੋ ਕੁਛ ਬੋਲ ਹੀ ਨਹੀਂ ਰਿਹਾ ਥਾ। Come on, ma'am. पहले पहले मैं और किया नहीं तो उसे माफ नहीं करते थे कि हम लोग अच्छे फ्रेंड्स हैं और फ्रेंडशिप में इतना तो चलते ही है तो थैंक्स यानी कि कोई जरूरत नहीं है तुम्हारे लिए दोस्त।